ਆਨੂੰ ਸਭ ਨੂੰ ਅਮ ਸਾਨੂੰ ਮੀਦੇ ਕੀ ਆਵਾਜ਼ ਠੀਕ ਆ ਰਹੀ ਹੋਏਗੀ ਇੱਕ ਦਫਾ ਕਨਫਰਮ ਕਰਦੇ ਹੋ ਜੀ ਬਿਲਕੁਲ ਜੀ ਠੀਕ ਹੈ ਜੀ ਅਮ ਸ਼ੁਕਰੀਆ ਡਾਕਟਰ ਸਭ ਤੁਸੀਂ ਇੰਨਾ ਲੰਬਾ ਜਾਣ ਪਛਾਨ ਕਰਾ ਦਿੱਤੀ ਐ ਨਹੀਂ ਤੇ ਸਾਡੀ ਆਪਣੇ ਨਾਲ ਵੀ ਹੈ ਨਹੀਂ ਜਿੰਨੇ ਵੀ ਤੁਸੀਂ ਸਭ ਦੇ ਨਾਲ ਕਰਾ ਦਿੱਤੀਏ ਤੇ बाबा फरीद ਦੇ ਬਾਰੇ ਅਸੀਂ ਗੱਲ ਸ਼ੁਰੂ ਕਰਨ ਤੋਂ ਪਹਿਲੇ ਅੱਜ ਦਾ ਜੋ ਸਾਡਾ ਪੜਨ ਔਰ ਪੜ੍ਹਾਉਣ ਦਾ ਤਰੀਕੇ ਕਾਹਰੇ ਉਹਦੇ ਬਾਰੇ ਥੋੜਾ ਦੇਖ ਸਕਨੇ ਆ ਕਿ ਅਸੀਂ ਅੱਜ ਕੱਲ ਇੱਕ ਮਾਡਰਨ ਤਰੀਕੇ ਨਾਲ ਪੜ੍ਹਨੇ ਆ ਜੀ ਅਸੀਂ ਕੇਸ ਸਟੱਡੀ ਕਰ ਰਹੇ ਆ ਕੇਸ ਸਟੱਡੀ ਕੋਈ ਸਟੋਰੀ ਪੜ੍ਹਾ ਕੇ ਬੱਚਿਆਂ ਨੂੰ ਉਹਨਾਂ ਸੁਣਾ ਕੇ ਫਿਰ ਉਹਦੇ ਬਾਅਦ ਉਹਨਾਂ ਕੀ ਆ ਜਾਂਦਾ ਹੈ ਕਿ ਇਹਦਾ ਵੀਰਵਾ ਕਰੋ ਔਰ ਇਹਦੇ ਚੋਂ ਲੱਭੋ ਕਿ ਕੀ ਕੁਝ ਹੈ ਵੇ ਹੁਣ ਇਹ ਸਰਡੇ ਹਿਸਾਬ ਦੇ ਨਾਲ ਇੱਕ ਬੜੀ ਮਾਡਰਨ ਟੈਕਨੀਕ ਹੈ ਜੀ ਬੱਚੇ ਨੂੰ ਆਪ ਸੋਚਣ ਦਾ ਸਟੂਡੈਂਟ ਨੂੰ ਟਾਈਮ ਮਿਲਦਾ ਏ ਉਹ ਰੋਗ اور ਫਿਕਰ ਕਰਦਾ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੇ ਰਲ ਕੇ ਕੇਸ ਸਟਡੀ ਕਰੀਏ ਅਸੀਂ ਕੋਈ ਲੈਕਚਰ ਨਹੀਂ ਦੇਣਾ ਚਾ ਰਹੇ ਅਸੀਂ ਚਾਹ ਛੋਟੀਆਂ-ਛੋਟੀਆਂ ਕਹਾਣੀਆਂ ਸਭ ਦੇ ਸਾਹਮਣੇ ਰੱਖਾਂਗੇ ਕਹਾਣੀਆਂ ਅਸਲੀ ਨੇ ਕਹਾਣੀਆਂ ਸੱਚੀਆਂ ਨੇ ਕਹਾਣੀਆਂ ਬਣਾਈਆਂ ਹੋਈਆਂ ਨਹੀਂ ਇੱਕ ਤੇ ਉਹ ਕਹਾਣੀਆਂ ਨੇ ਜਿਹੜੀਆਂ ਅਸੀਂ ਬਣਾਣੇ ਆ ਤਾਂ ਕਿ ਅਸੀਂ ਆਪਣੇ ਸ਼ਾਗਿਰਦਾਂ ਨੂੰ ਕੁਝ ਪੜ੍ਹਾ ਸਕੀਏ ਪਰ ਇਹ ਜਿਹੜੀਆਂ ਕਹਾਣੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਇਹ ਬਿਲਕੁਲ ਠੀਕ ਨੇ ਵੱਡਿਆਂ ਸਿਆਣਿਆਂ ਦੀਆਂ ਵੱਡਿਆਂ ਬਜ਼ੁਰਗਾਂ ਦੀਆਂ ਨੇ ਤੇ ਅਸੀਂ ਕੋਸ਼ਿਸ਼ ਕਰ ਸਕਨੇ ਆ ਕਿ ਅੱਜ ਅਸੀਂ ਸਾਰੇ ਰਲ ਕੇ ਇਹਨਾਂ ਕਹਾਣੀਆਂ ਨੂੰ ਮੁੜ ਕੇ ਯਾਦ ਕਰੀਏ ਤੇ ਫਿਰ ਦੇਖੀਏ ਕਿ ਸਾਨੂੰ ਆਪਣੇ ਆਪ ਨੂੰ ਸਵਾਰਨ ਵਿੱਚ ਕੀ ਇਹ ਕਹਾਣੀਆਂ ਕੁਝ ਹਿੱਸਾ ਪਾਉਂਦੀਆਂ ਨੇ ਤੇ ਬਾਬਾ ਫਰੀਦ ਜੀ ਦਾ ਜਿਹੜਾ 도ੜਾ ਹੈ ਫਰੀਦਾ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਇਹ ਸੜਾ ਇੱਕ ਵਿਚਾਰਲਾ ਨੁਕਤਾ ਏ ਜਿਹਦੇ ਨਾਲ ਅਸੀਂ ਸਾਰੀਆਂ ਕਹਾਣੀਆਂ ਨੂੰ ਜੋੜ ਕੇ ਪੜਨਾ। ਪਹਿਲੀ ਅਸੀਂ ਇਸ 도ੜੇ ਨੂੰ ਥੋੜਾ ਸਾਦੇ ਢੰਗ ਦੇ ਨਾਲ ਪੜ ਲਈਏ ਤਾਂ ਕਿ ਸਾਨੂੰ ਫਿਰ ਉਹਨਾਂ ਕਹਾਣੀਆਂ ਨੂੰ ਨਾਲ ਜੋੜ ਕੇ ਸਮਝਣ ਵਿੱਚ ਥੋੜੀ ਸੌਖ ਹੋ ਜਾਏ। ਫਰੀਦਾ ਆਪ ਸਵਾਰੇ। ਆਪ ਨੂੰ ਸਵਾਰਨ, ਆਪ ਨੂੰ ਨਿਖਾਰਨ, ਆਪ ਨੂੰ ਬਣਾਣ। ਏ ਕੋਸ਼ਿਸ਼ ਕਰ ਤੇ ਜੇ ਤੂੰ ਇਹ ਕਰੇਗਾ ਤੇ ਤੂੰ ਮੈਨੂੰ ਮਿਲੇਗਾ ਇਹ ਜਿਹੜਾ ਮੈਂ ਨੂੰ ਮਿਲਣ ਹੈ ਇਹ ਮੈਂ ਸਾਡੀ ਇੰਡੀਵਿਜੂਅਲ ਮੈਂ ਨਹੀਂ ਜਿਹੜਾ ਅਸੀਂ ਕਹਿੰਦੇ ਆ ਕਿ ਇਹ ਮੇਰਾ ਨਾਂ ਹੈ ਇਹ ਮੇਰਾ ਕਾਰ ਹੈ ਇਹ ਮੇਰਾ ਫੋਨ ਹੈ ਇਹ ਮੇਰੀ ਗੱਡੀ ਹੈ ਇਹ ਮੇਰੇ ਬੱਚੇ ਨੇ ਸੋ ਮੈਂ ਦੇ ਨਾਲ ਇੰਡੀਵਿਜੂਅਲ ਦੇ ਨਾਲ ਜਿਹੜੀ ਚੀਜ਼ ਜੁੜੀ ਹੋਈ ਹੈ ਇਹ ਉਹ ਵਾਲੀ ਮੈਂ ਨਹੀਂ ਮੈਂ ਮਿੱਦ ਉਲਟ ਕੁਲ ਇਕਾਈਦ ਹੈ ਜਿਦੇ ਵੀ ਜਾ ਕੇ ਆਪਣੀ ਮੈਂ ਮੁੱਕ ਜਾਂਦੀ ਫਰੀਦਾ ਆਪ ਸਵਾਰੇ ਮੈਂ ਮਿਲੇ ਆਪਣੇ ਆਪ ਨੂੰ ਸਵਾਰਨ ਤੋਂ ਬਿਨਾ ਅਸੀਂ ਮੈਂ ਨੂੰ ਨਹੀਂ ਮਿਲ ਸਕਦਾ ਜਦੋਂ ਅਸੀਂ ਆਪਣੇ ਆਪ ਨੂੰ ਸਵਾਰਦੇ ਨਹੀਂ ਆ ਆਪਣੇ ਆਪ ਨੂੰ ਬਣਾਉਂਦੇ ਨਹੀਂ ਆ ਆਪਣੀ ਪਰਖ ਪਰਚੋਲ ਨਹੀਂ ਕਰਦੇ ਤੇ ਫਿਰ ਉਹਦਾ ਨਤੀਜਾ ਕੀ ਨਿਕਲਦਾ ਹੈ ਕਿ ਫਿਰ ਸਾਡੀ ਵਖਰੀ ਵਖਰੀ ਮੈਂ ਬਣਦੀ ਫਿਰ ਉਹ ਵਖਰੀ ਵਖਰੀ ਮੈਂ ਸਾਨੂੰ ਆਪਸ ਦੇ ਵਿੱਚ ਲੜਾ ਦਿੰਦੀ ਹੈ ਫਿਰ ਉਹ ਸਾਡੀ ਵਖਰੀ ਮੈਂ ਸਾਡੇ ਆਪਸੀ ਰਿਸ਼ਤਿਆਂ ਦੇ ਵਿੱਚ ਦੂਰੀ ਪੈਦਾ ਕਰ ਦਿੰਦੀ ਫਿਰ ਇਹ ਜਿਹੜੀ ਸਾਡੀ ਵਖਰੀ ਮੈਂ ਇਹ ਸਾਨੂੰ ਤੇਰ ਔਰ ਮਿਰਚ ਪਾ ਕੇ ਤੇ ਆਪਣੇ ਆਪ ਨੂੰ ਵੱਡਾ ਤੇ ਦੂਜੇ ਨੂੰ ਛੋਟਾ ਦੱਸਦੀ ਤੇ ਜਦੋਂ ਅਸੀਂ ਆਪਣੇ ਆਪ ਨੂੰ ਸਵਾਰ ਨਾ ਹੈ ਅਸਾਂ ਹਰ ਪਲ ਆਪਣੇ ਅੰਦਰੂ ਉਸ ਮੈਂ ਨੂੰ ਮੁਕਾਉਣਾ ਏ ਜਿਹੜੀ ਮੈਂ ਸਾਨੂੰ ਇਸ ਸਿਸਟਮ ਵਿੱਚ ਆ ਕੇ ਲੱਭੀ ਸਾਨੂੰ ਉਹ ਵਾਲੀ ਮੈਂ ਰੱਬ ਨੇ ਨਹੀਂ ਦਿੱਤੀ ਰੱਬ ਨੇ ਤੇ ਸਾਨੂੰ ਇੱਕੋ ਢੰਗ ਦੇ ਨਾਲ ਦੁਨੀਆ 'ਚ ਭੇਜਿਆ ਉਹਨੇ ਤੇ ਸਾਨੂੰ ਇੱਕੋ ਜਿਹਾ ਪ੍ਰੇਮ ਪਿਆਰ ਦੇ ਨਾਲ ਬਣਾਇਆ ਉਹਨੇ ਸਾਨੂੰ ਇੱਕੋ ਜਿਹਾ ਹਵਾ ਦਿੱਤੀ ਇੱਕੋ ਜਿਹੀ ਮਿੱਟੀ ਦਿੱਤੀ ਇੱਕੋ ਜਿਹਾ ਪਾਣੀ ਦਿੱਤੀ ਵੰਡਤੀ ਅਸਾਂ ਪਾਈ ਅਸਾਂ ਸਭ ਚੀਜ਼ਾਂ ਨੂੰ ਵੱਖਰਾ-ਵੱਖਰਾ ਕਰ ਦਿੱਤਾ ਹੁਣ ਉਹ ਸਾਰੇ ਵਖਰੇਵੇਂ ਨੂੰ ਸਾਰੀ ਵਖਰੀ-ਵਖਰੀ ਹੋਈ ਸ਼ੈ ਨੂੰ ਅਸਾਂ ਇਕੱਠਾ ਕਰਨਾ ਹੈ ਤੇ ਫਿਰ ਸਾਨੂੰ ਸਮਝ ਆਏਗੀ ਕਿ ਕਿਹੜੀ ਮੈਂ ਦੀ ਗੱਲ ਬਾਬਾ ਫਰੀਦ ਕਰਦੇ ਨੇ ਜਿੰਨੂੰ ਮਿਲ ਕੇ ਸੁੱਖ ਹੁੰਦਾ ਹੈ ਮੈਂ ਮਿਲਿਆ ਸੁੱਖ ਹੋਏ ਮੈਂ ਨੂੰ ਮਿਲਾਂਗੇ ਤੇ ਫੇਰ ਹੀ ਸੁੱਖ ਹੋਣਾ ਤੇ ਜਿਹੜੀ ਸਾਡੀ ਆਪਣੀ ਕੱਲੀ ਮੈਂ ਹੈ ਉਹਨੂੰ ਮਿਲ ਕੇ ਤੇ ਅਸੀਂ ਕਦੀ ਵੀ ਸੁੱਖ ਵਿੱਚ ਨਹੀਂ ਹੋਏ। ਉਹਨੂੰ ਮਿਲ ਕੇ ਤੇ ਹਮੇਸ਼ਾ ਅਸੀਂ ਦੁਖੀ ਹੰਡਾਇਏ। ਅਸਾਂ ਸਭ ਨੇ ਅੱਦੀ-ਅੱਦੀ ਜ਼ਿੰਦਗੀ ਇਹ ਜਿਹੜੀ ਉਸ ਮੈਂ ਦੇ ਲੇਖੇ ਲਾਈਏ। ਤੇ ਕੀ ਬਣਿਆ? ਕੀ ਅਸੀਂ ਖੁਸ਼ ਹੋਏ? ਕੀ ਸਾਨੂੰ ਸੁੱਖ ਮਿਲਿਆ? ਆਨੰਦ ਮਿਲਿਆ? ਕੀ ਐਸੇ ਜੀਵਨ ਨੂੰ ਮਾਣਿਆ? ਕੀ ਅਸੀਂ ਹੱਸੇ ਕੀ ਅਸੀਂ ਖੇਡੇ? ਕੀ ਅਸੀਂ ਰਿਸ਼ਤੇ ਬਣਾਏ? ਕੀ ਅਸੀਂ ਇੱਕ ਦੂਸਰੇ ਦੇ ਨਾਲ ਜੁੜੇ? ਅਸੀਂ ਕੁਝ ਵੀ ਤੇ ਨਹੀਂ ਕੀਤਾ ਤੇ ਫਿਰ ਸੁੱਖ ਸਾਨੂੰ ਕਿਵੇਂ ਮਿਲਦਾ ਜਦੋਂ ਅਸੀਂ ਬਾਬਾ ਫਰੀਦ ਦੇ 도ੜੇ ਵਾਲੀ ਆਪ ਸਵਾਰਨ ਤੇ ਵਿੱਚ ਜਿਹੜੀ ਮੈਂ ਨੂੰ ਮਿਲਣ ਉਹਨੂੰ ਮਿਲਨੇ ਆ ਤੇ ਫਿਰ ਸਾਡੀ ਆਪਣੀ ਵਖਰੀ ਕੱਲੀ ਹਸਤੀ ਬਾਹਰ ਰਹਿ ਜਾਂਦੀ ਹੈ ਔਰ ਅਸੀਂ ਪਾਣੀ ਦੇ ਨਾਲ ਪਾਣੀ ਹੋ ਕੇ ਵਗ ਟੁਰਨੇ ਅਸੀਂ ਇੱਕ ਦੂਸਰੇ ਦੇ ਨਾਲ ਇੰਨਾ ਪਿਆਰ ਦਾ ਰਿਸ਼ਤਾ ਬਣਾਨੇ ਆ ਕਿ ਫਿਰ ਅਸੀਂ ਇਕੱਲੇ ਨਹੀਂ ਰਹਾਂ ਤੇ ਜਦੋਂ ਅਸੀਂ ਇਕੱਲੇ ਨਹੀਂ ਹੁੰਦੇ ਫਿਰ ਅਸੀਂ ਸੁੱਖ ਵਿੱਚ ਹੁੰਨੇ ਸਾਡਾ ਦੁਖੀ ਹੈ ਵੀ ਕਿ ਅਸੀਂ ਇਕੱਲੇ ਹਾਂ ਜੀਵਨ ਦੇ ਵਿੱਚ ਐਨੀ ਮਿਹਨਤ ਕਰਕੇ ਐਨਾ ਕਮਾ ਕੇ ਐਨਾ ਹੰਡਾ ਕੇ ਐਨਾ ਬਣਾ ਕੇ ਐਨਾ ਕੁਝ ਕਰਨ ਤੋਂ ਬਾਅਦ ਅੱਜ ਵੀ ਅਸੀਂ ਇਕੱਲੇ ਬੈਠੇ ਆ ਤੇ ਦੁਖੀ ਨਾ ਹੋ ਵੀਏ ਤੇ ਹੋਰ ਕੀ ਹੋ ਕਿੱਥੇ ਵੀ ਉਹ ਸਾਰੀ ਸਾਡੀ ਜ਼ਿੰਦਗੀ ਦੀ ਕਮਾਈ ਸਾਰਾ ਕੀਤਾ ਹੋਇਆ ਕਿਹੜੇ ਲੇਖੇ ਲੱਗੇ ਕਿਉਂਕਿ ਅਸੀਂ ਆਪ ਨੂੰ ਨਹੀਂ ਸਵਾਰਿਆ ਅਸੀਂ ਵਿਹਾਰ ਨੂੰ ਸਵਾਰਨ ਦੇਾਰੇ ਲੱਗੇ ਰਹੇ ਅਸੀਂ ਜੋ ਵਿਹਾਰ ਦੀ ਮੰਗ ਸੀ ਉਹਨੂੰ ਪੂਰਾ ਕਰਨ ਦੇਾਰੇ ਲੱਗੇ ਰਹੇ ਤੇ ਉਹਦਾ ਨਤੀਜਾ ਕੀ ਨਿਕਲਿਆ ਕਿ ਮੈਂ ਬਣਦੀ ਗਈ ਮੈਂ ਵੱਧਦੀ ਗਈ ਔਰ ਸਾਡੇ ਦੁੱਖ ਵੱਧਦੇ ਗਏ ਹੁਣ ਬਾਬਾ ਫਰੀਦ ਸਾਡੇ ਉਸ ਦੁੱਖ ਦਾ ਉਪਾਅ ਕਰ ਦੇਣੇ ਪਏ ਕਿ ਅੱਛਾ ਕੋਈ ਨਹੀਂ ਵੇਲਾ ਦੀ ਅਜੇ ਨਹੀਂ ਹੈ ਅਸੀਂ ਹੁਣੇ ਤੋਂ ਸ਼ੁਰੂ ਕਰ ਲਈਏ ਅਸੀਂ ਅੱਜ ਤੋਂ ਗੱਲ ਸ਼ੁਰੂ ਕਰ ਲਈਏ ਤੇ ਆਪਣੇ ਆਪ ਨੂੰ ਸਵਾਰੀਏ ਅਸੀਂ ਦੂਜੇ ਨੂੰ ਸਵਾਰਨੇ ਆ ਕਿਉਂਕਿ ਸਾਨੂੰ ਗਲਤੀ ਦੂਜੇ 'ਚ ਨਜ਼ਰ ਆਂਦੀ ਸਾਨੂੰ ਲੱਗਦਾ ਦੂਜਾ ਗਲਤ ਹੈ ਮੈਂ ਗੱਲ ਠੀਕ ਕੀਤੀ ਇਹ ਦੂਜੇ ਨੂੰ ਸੁਣਨਾ ਨਹੀਂ ਆਇਆ ਮੈਂ ਸਹੀ ਗੱਲ ਦੱਸੀ ਸੀ ਦੂਜੇ ਨੂੰ ਪਤਾ ਹੀ ਨਹੀਂ ਕਿ ਮੈਂ ਸਹੀ ਦੱਸ ਰਿਆਂ ਤੇ ਉਹ ਗਲਤ ਹੁਣ ਦੂਜਾ ਤੇ ਹੁੰਦਾ ਹੀ ਕੋਈ ਨਹੀਂ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਉਸ ਇਕਾਈ ਦੇ ਸੀ ਹੋ ਗਏ ਉਸ ਰੱਬ ਦੇ ਹੋ ਗਏ ਉਸ ਬਣਾਵਣਹਾਰ ਦੇ ਹੋ ਗਏ ਤੇ ਉਹਦੀ ਬਣਾਈ ਹਰ ਸ਼ੈ ਵੀ ਸਾਡੀ ਹੋ ਗਈ ਦੁੱਖ ਸਾਡਾ ਇਹ ਵੀ ਬੜਾ ਵੱਡਾ ਹੈ ਕਿ ਬਈ ਸਾਰੇ ਨੇ ਜਿਹੜੇ ਉਹ ਮੇਰੇ ਹੋਣ ਉਹ ਸਾਰੇ ਅਸੀਂ ਆਪਣੇ ਤੇ ਕਰਨਾ ਚਾਹਨੇ ਆ ਪਰ ਆਪ ਕਿਸੇ ਦਾ ਨਹੀਂ ਹੋਣਾ ਚਾਹੁੰਦਾ ਬਰੀਕ ਜੀ ਵਿਥੀ ਇਹਦੇ ਵਿੱਚ ਥੋੜਾ ਜਿਹਾ ਫਰਕ ਸੁਬਾਵਾ ਫਰੀਦ بار بار ਜ਼ੋਰ ਦੇ ਰਹੇ ਨੇ ਆਪ ਸਵਾਰੇ ਜਦੋਂ ਤੱਕ ਮੈਂ ਆਪ ਆਪਣੇ ਆਪ ਨੂੰ ਨਹੀਂ ਸਵਾਰਨਾ ਬਾਹਰ ਦੀ ਕੋਈ ਵੀ ਚੀਜ਼ ਮੈਨੂੰ ਨਹੀਂ ਸਵਾਰ ਸਕਦੀ ਬਾਹਰ ਵਾਲਿਆਂ ਨੂੰ ਦਿਸੇਗਾ ਕਿ ਮੈਂ ਸਾਫ ਕਪੜੇ ਪਾਏ ਨੇ ਮਹਿਵਾਲ ਸਵਾਰੇ ਨੇ ਮਹਿਮੂਦ ਤੋਤਾ ਲਈ ਮੈਂ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਗੱਲ ਕਰ ਰਹੀ ਹਾਂ ਲੇਕਿਨ ਮੇਰਾ ਮੇਰਾ ਅੰਦਰ ਇਹ ਜਿਹੜਾ ਕੀ ਮੇਰਾ ਅੰਦਰ ਹੋਵੇਂ ਸਮਰਿਆ ਤੋਤਾ ਸਾਫੇ ਜਿਵੇਂ ਕੀ ਬਾਾਰੇ ਇਹ ਸਿਰਫ ਮੈਨੂੰ ਪਤਾ ਤੇ ਜੇ ਅੰਦਰ ਔਰ ਬਾਹਰ ਇੱਕੋ ਜਿਹਾ ਸੌਰਗਿਆ ਹੈ ਫਿਰ ਤੇ ਦੁਖੀ ਕੋਈ ਨਹੀਂ ਹੁਣ ਅਸੀਂ ਅਗਰ ਚੱਲੀਏ ਆਪਣੇ ਅੱਜ ਦੇ ਅੱਜ ਦੀ ਪਹਿਲੀ ਕਹਾਣੀ ਵੱਲ ਤੇ ਬਾਬਾ ਫਰੀਦ ਜੀ ਦੇ ਬਾਰੇ ਸਾਨੂੰ ਜੋ ਮੁਢਲੀ ਜਾਣਕਾਰੀ ਮਿਲਦੀ ਹੈ ਉਹ ਹੈ ਜੀ ਬਾਬਾ ਫਰੀਦ ਦੇ murid ਖਾਜਾ ਨizamuddin ਖਾਜਾ ਨizamuddin ਦੇ ਨਾਂ ਤੋਂ ਸਾਰੇ ਜਾਣੂ ਨੇ ਵਾਕਿਫ ਨੇ ਖਾਜਾ ਨizamuddin ਦੇ murid ਹੋਏ ਨੇ ਅਮੀਰ हसन ਅਮੀਰ हसन ਇਹ ਕਰਦੇ ਸਨ ਕਿ ਹਰ ਰੋਜ਼ ਜਾਂ ਜਦੋਂ ਵੀ ਆਪਣੇ ਉਸਤਾਦ ਨੂੰ ਮਿਲਣਾ ਏ ਆਪਣੇ ਮੁਰਸ਼ਿਦ ਨੂੰ ਆਪਣੇ ਗੁਰੂ ਨੂੰ ਉਹਨੂੰ ਮਿਲਣਾ ਏ ਤੇ ਉਹਨਾਂ ਦੇ ਨਾਲ ਬਹਿ ਕੇ ਜੋ ਗੱਲਾਂ ਹੋਈਆਂ ਜੋ ਗੱਲਾਂ ਸੁਣੀਆਂ ਉਹਨਾਂ ਨੂੰ ਲਿਖ ਲੈਣਾ ਸੋ ਲਿਖਣਾ ਕਿਉਂ ਹੈ ਤਾਂ ਕਿ ਮੈਂ ਫੇਰ ਪੜ ਸਕਾਂ ਇੱਕ ਦਫ਼ਾ ਦੀ ਕੀਤੀ ਗੱਲ ਭੁੱਲ ਜਾਂਦੀ ਇੱਕ ਵਾਰ ਦੀ ਸੁਣੀ ਗੱਲ ਭੁੱਲ ਜਾਂਦੀ ਸੋ ਗੱਲ بار بار ਕਰਨੀ ਪੈਂਦੀ ਉਹ ਆਪਣੇ ਕੋਲ ਯਾਦਦਾਸ਼ਤਾਂ ਇਕੱਠੀਆਂ ਕਰਦੇ ਰਹੇ ਆਪਣੇ ਕੋਲ ਉਹ ਚੀਜ਼ਾਂ ਲਿਖਦੇ ਰਹੇ ਉਹ ਹੀ ਕਿਤਾਬ ਯਾਦਦਾਸ਼ਤਾਂ ਸਾਰੀਆਂ ਉਹ ਸਾਰੀਆਂ ਮੈਮਰੀਜ਼ ਉਹ ਸਾਰੀਆਂ ਸੰਗਤਾਂ ਦੀ ਕਹਾਣੀ ਜੁੜ ਕੇ ਤੇ ਕਿਤਾਬ ਬਣੀ ਫਵਾਇਦੁਲ ਫੁਵਾਦ ਇਹਦਾ ਮਤਲਬੇ ਦਿਲਾਂ ਦੇ ਫਾਇਦੇ ਜਾਂ ਫਾਇਦੇ ਦੇਣ ਵਾਲਾ ਦਿਲ ਸਾਡਾ ਵਿਹਾਰ ਫਾਇਦੇ ਤੇ ਖਲੋਤਾ ਹੋਇਆ ਅਸੀਂ ਕੋਈ ਵੀ ਕੰਮ ਕਰਨੇ ਆ ਤੇ ਅਸੀਂ ਉਹਦੇ ਵਿੱਚ ਪਹਿਲੇ ਸੋਚਨੇ ਆ ਕਿ ਇਹ ਕੰਮ ਤੇ ਮੈਂ ਕਰਾਂ ਪਰ ਇਹਦੇ ਵਿੱਚ ਮੇਰਾ ਫਾਇਦਾ ਕੀ ਜੇ ਤੇ ਫਾਇਦਾ ਹੈ ਫਿਰ ਤੇ ਮੈਂ ਕਰਨਾ ਜੇ ਫਾਇਦਾ ਨਹੀਂ ਤੇ ਫਿਰ ਮੈਨੂੰ ਕਰਨ ਦੀ ਜ਼ਰੂਰਤ ਹੀ ਨਹੀਂ ਅਮੀਰ हसन ਦੀ ਇਹ ਲਿਖੀ ਕਿਤਾਬ ਅੰਗਰੇਜ਼ੀ ਵਿੱਚ ਵੀ ਟ੍ਰਾਂਸਲੇਸ਼ਨ ਇਹਦੀ ਮੌਜੂਦ ਹੈ ਔਰ ਹੋਰ ਜ਼ੁਬਾਨਾਂ ਵਿੱਚ ਵੀ ਮਿਲ ਜਾਏਗੀ ਇਹ ਕਿਤਾਬ बुनियादी जरिया है जिदे राही असि बाबा फरीद की जिंदगी और उना दे लिखे आपस च जोड़ के समझ सकने बाबा फरीद का दौड़ा है फरीदा आप सवार मैं मिले मैं मिलया सुख होए जे तू मेरा हो रहे सब जग तेरा होए। हुन देखना है कि यह जो दौड़ा है यदि ਅਮਲੀ ਸ਼ਕਲ ਇਹਦੀ ਪ੍ਰੈਕਟੀਕਲ ਸ਼ਕਲ ਜਿਹੜੀ ਉਹ ਬਾਬਾ ਫਰੀਦ ਦੇ ਜੀਵਨ ਵਿੱਚ ਕਿਸ ਤਰ੍ਹਾਂ ਸੀ ਇਹਦੇ ਲਈ ਸਾਡੀ ਮਦਦ ਕਰੇਗੀ ਐ